ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਟਾਲਾ ਦੇ MLA ਅਮਨ ਸ਼ੇਰ ਸਿੰਘ ਕਲਸੀ ਨੇ ਦਿੱਤੀ ਵਧਾਈ ਤੇ ਕਿਹਾ ਕਿ ਇਹ ਉਹਨਾਂ ਦੇ ਨਿੱਜੀ ਫੈਸਲਾ ਹੈ, ਪਰਿਵਾਰ ਵੀ ਜ਼ਰੂਰੀ ਹੈ। ਮੈਂ ਹੈਰਾਨ ਹਾਂ ਜੋ ਉਹਨਾਂ ਦੇ ਨਿੱਜੀ ਜੀਵਨ ਦੀ ਟਿੱਪਣੀ ਕਰ ਰਹੇ ਨੇ। ਕਿਸੇ ਦੇ ਵੀ ਜੀਵਨ ਤੋਂ ਟਿੱਪਣੀ ਕਰਨਾ ਗਲਤ ਹੈ। ਸਾਡਾ ਮੁੱਖ ਮੰਤਰੀ ਬਹੁਤ ਸਾਦਾ ਤੇ ਸਿੱਧਾ ਹੈ। ਬਾਕੀ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਸਾਰੇ ਹੀ ਜਾਣਦੇ ਹੋ, ਹੋਰ ਬਾਕੀ ਮੰਤਰੀ ਵੀ ਕੁਝ ਕਰਦੇ ਰਹੇ ਸਾਰੇ ਜਾਣਦੇ ਨੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਬੜੀ ਖੁਸ਼ੀ ਦੀ ਗੱਲ ਹੈ ਜੀ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਸ਼ਾਦੀ ਹੈ ਅੱਜ, ਔਰ ਸਾਨੂੰ ਵੀ ਬੜੀ ਖੁਸ਼ੀ ਹੈ ਕਿਉਂਕਿ ਉਹਨਾਂ ਨੇ ਕਾਫੀ ਲੰਮਾ ਸਮਾਂ ਜਿਹੜਾ ਦੁੱਖਾਂ ਦੇ ਵਿੱਚ ਕੱਟਿਆ, ਇਕੱਲੇਪਨ 'ਚ ਕੱਟਿਆ, ਕਿਉਂਕਿ ਇੱਕ ਹਰ ਮਾਂ ਦੀ ਆਸ ਹੁੰਦੀ ਹੈ ਉਹਦੇ ਘਰ ਰੌਣਕ ਲੱਗੇ, ਉਹ ਆਪਣੀ ਮਾਂ ਦੀ ਆਸ ਜਿਹੜੀ ਹੈ ਉਹਨਾਂ ਨੇ ਪੂਰੀ ਕੀਤੀ। ਦੋ ਚੀਜ਼ਾਂ ਨੂੰ ਲੈ ਕੇ ਜਦੋਂ ਆਪਣੇ ਇਲਾਕਾ ਵਾਸੀਆਂ ਨਾਲ ਗੱਲ ਕੀਤੀ, ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਮੁੱਖ ਮੰਤਰੀ ਦਾ ਵਿਆਹ ਦੇਖ ਰਹੇ ਹਾਂ, ਆਮ ਤੌਰ 'ਤੇ ਉਸ ਮੁੱਖ ਮੰਤਰੀ ਦੀ ਕੋਠੀ ਵਿੱਚ ਭੋਗ ਵੀ ਸੁਣੇ ਆ, ਵੇਖੀ ਆ, ਪਰ ਪਹਿਲਾਂ ਵਿਆਹ ਵਿੱਚ। ਚਲੋ ਵੇਖੋ, ਖੁਸ਼ੀ ਦੀ ਗੱਲ ਹੈ ਨਾ ਕਿ ਸਾਡੀ ਸਰਕਾਰ ਹੈ, ਨਹੀਂ ਤਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਕਈ ਮੁੱਖ ਮੰਤਰੀ ਜਿਹੜੇ ਮੰਤਰੀ ਨੇ ਉਹ ਭੋਗਾਂ ਦੀ ਗੱਲ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਵੇਖੋ ਇੱਕ ਲੋਕਾਂ ਦਾ ਤੁਸੀਂ ਮੈਂ ਇਹ ਕਹਿ ਸਕਦਾ ਵੀ ਉਹਨਾਂ ਦੇ ਫੇਸਬੁੱਕ ਹੈ, ਸੋਸ਼ਲ ਮੀਡੀਆ ਹੈ, ਉਹਦੇ 'ਤੇ ਉਹ ਬੈਠੇ ਵਿਚਾਰੇ ਆਪਣਾ ਟਾਈਪਿੰਗ ਕਰ ਸਕਦੇ ਨੇ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਕਿਸੇ ਦੀ ਨਿੱਜੀ ਲਾਈਫ ਬਾਰੇ ਜੇ ਅਸੀਂ ਟਿੱਪਣੀਆਂ ਕਰੀਏ ਤਾਂ ਉਹ ਵੀ ਸਾਨੂੰ ਸੋਭਾ ਨਹੀਂ ਦਿੰਦੀ। ਠੀਕ ਹੈ, ਜੋ ਹਰ ਬੰਦੇ ਦਾ ਅਧਿਕਾਰ ਹੈ ਜੀਣ ਦਾ, ਆਪੋ ਆਪਣੇ ਅਧਿਕਾਰ ਨਾਲ ਜੀ ਲੋਕ ਗੱਲ ਕਰ ਰਹੇ ਆ ਕਿ ਜਿਹੜੇ ਸਾਡੇ ਦੇਸ਼ ਦੇ ਪੰਜਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਉਹਨਾਂ ਦੀ ਵੀ ਧਰਮ ਪਤਨੀ ਨਹੀਂ ਹੈ, ਤਾਂ ਮੰਗਿਆਈ ਦਾ ਉਹਨਾਂ ਨੂੰ ਵੀ ਨਹੀਂ ਸਮਝ ਲੱਗਦੀ ਵੀ ਕਿਸ ਤਰ੍ਹਾਂ ਠੱਲ ਪੈ ਗਈ। ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਵਿਆਹ ਹੋ ਗਿਆ, ਕਹਿੰਦੇ ਹੁਣ ਕ੍ਰਿਸ਼ਤੀ ਦਾ ਪਤਾ ਚੱਲ ਜਾਏਗਾ ਵੀ ਆਟੇ ਦਾਲ ਦਾ ਭਾਅ ਕੀ। ਦੇਖੋ, ਨਹੀਂ ਇਹ ਤੁਸੀਂ ਹੁਣ ਗੱਲ ਹੋਰ ਪਾਸੇ ਨਾ ਲੈ ਕੇ ਜਾਓ। ਠੀਕ ਹੈ, ਸੋ ਜਿਹੜੀ ਖੁਸ਼ੀ ਦੀ ਗੱਲ ਆ ਉਹ ਤਾਂ ਹੈ ਹੀ ਹੈ, ਔਰ ਬਾਕੀ ਰਹੀ ਗੱਲ, ਦੇਖੋ ਪਰਿਵਾਰ ਪਰਿਵਾਰ ਹੀ ਹੁੰਦਾ ਹੈ, ਸੁੱਖ ਦੁੱਖ ਵੇਲੇ ਪਰਿਵਾਰ ਹੀ ਖੜਦਾ ਜੀ। ਔਰ ਮੈਂ ਇਹੋ ਗੱਲ ਕਹਿ ਸਕਦਾ ਵੀ ਸਾਡੇ ਵਰਗੇ ਵੀ ਜਿਹੜੇ ਸਾਥੀ ਨੇ, ਦੇਖੋ ਹੋ ਸਕਦਾ ਕਈ ਵਾਰੀ ਦੁੱਖ ਤਕਲੀਫਾਂ ਦੇ ਵਿੱਚ ਹੌਸਲਾ ਅਫਜ਼ਾਈ ਜ਼ਰੂਰ ਕਰ ਸਕਦੇ, ਪਰ ਜਿੱਥੇ ਪਰਿਵਾਰ ਖੜ ਜਾਂਦਾ ਹੈ ਉਹ ਪਰਿਵਾਰ ਤੋਂ ਪੰਜਾਬ ਦੇ ਹੱਕ 'ਚ ਲੋਕ ਕਹਿੰਦੇ ਵੀ ਫੈਸਲੇ ਕੀ ਗਲਾ ਰਿਹਾ ਕਰਨਗੇ, ਕਿ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਵੀ ਡਾਕਟਰ ਆ, ਤੇ ਦੱਸਦੇ ਆ ਕਹਿੰਦੇ ਵੀ ਆਹ ਚੀਜ਼ ਮਹਿੰਗੀ ਨਾ ਕਰੋ ਜਾਂ ਇੱਦਾਂ ਨਾ ਕਰੋ। ਨਹੀਂ ਦੇਖੋ, ਮੈਨੂੰ ਹੁਣ ਤੱਕ ਦੱਸੋ ਮਾਨ ਸਾਹਿਬ ਨੇ ਪੰਜਾਬ ਦੇ ਹੱਕ ਦੇ ਵਿੱਚ ਕਿਹੜਾ ਫੈਸਲਾ ਗਲਤ ਕੀਤਾ? ਉਹਨਾਂ ਨੇ ਫੈਸਲੇ ਜਿਹੜੇ ਵੀ ਕੀਤੇ ਨੇ ਪੰਜਾਬ ਦੇ ਹੱਕ ਲਈ, ਪੰਜਾਬ ਦੇ ਹਿੱਤ ਲਈ, ਲੋਕਾਂ ਦੇ ਹਿੱਤ ਲਈ ਕੀਤੇ ਨੇ। ਸੋ ਆਉਣ ਵਾਲਾ ਸਮਾਂ ਪੰਜਾਬ ਦੀ ਬਿਹਤਰੀ ਲਈ ਬੜਾ ਵਧੀਆ ਲੋਕਾਂ ਵਾਸਤੇ ਲੈ ਕੇ ਆਵਾਂਗੇ। ਕਿਹੜੇ ਜਿਹੜੇ ਲੋਕ ਟ੍ਰੋਲ ਕਰਦੇ ਪਏ ਆ, ਦੇਖੋ ਉਹਨਾਂ ਦਾ ਮੈਂ ਇਹ ਕਹਿ ਸਕਦਾ ਵੀ ਮੈਂ ਬੜਾ ਵਧੀਆ ਵੇਖ ਰਿਹਾ ਸੀ, ਕਾਂਗਰਸੀ ਅਕਾਲੀ ਕਈ ਕਈ ਵੱਡੇ ਲੀਡਰਾਂ ਨੇ ਆਖਿਆ, ਉਹਨਾਂ ਨੇ ਮੁਬਾਰਕਬਾਦ ਦਿੱਤੀ ਆ, ਔਰ ਉਹਨਾਂ ਨੇ ਆਖਿਆ ਅਗਲੇ ਦੀ ਪਰਸਨਲ ਨਿੱਜੀ ਲਾਈਫ ਆ। ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਹੁਣ ਜੇ ਕੈਪਟਨ ਸਾਹਿਬ ਸਾਰਿਆਂ ਨੂੰ ਭਰੀ ਭਾਂਤ ਪਤਾ ਆ ਕਈ ਲੀਡਰਾਂ ਦੀਆਂ ਇਹਨਾਂ ਦੀਆਂ ਵੀ ਜਿਸ ਤਰ੍ਹਾਂ ਸਾਰਾ ਭਰੀ ਭਾਂਤ ਪਤਾ, ਇਹ ਕੀ ਹੈ? ਅਗਲੇ ਦੀ ਨਿੱਜੀ ਲਾਈਫ ਆ ਉਹਨਾਂ ਦੀ, ਮੰਤਰੀ ਸਾਹਿਬ ਨੇ ਨਹੀਂ ਨਹੀਂ ਵੇਖੋ ਉਹ ਸਾਰੇ ਪੰਜਾਬ ਨੂੰ ਪਤਾ ਜੀ ਕੌਣ। ਵੇਖੋ ਸਾਡੇ ਚੀਫ ਮਿਨਿਸਟਰ ਸਾਹਿਬ ਬਿਲਕੁਲ ਕਲੀਅਰ ਕੱਟ ਨੇ, ਕੋਈ ਉਹਨਾਂ 'ਚ ਵਲ ਫਰੇਮ ਨਹੀਂ ਹੈ, ਜਿਹੜੀ ਵੀ ਗੱਲ ਕਰਦੇ ਨੇ ਲੋਕਾਂ ਦੇ ਵਿੱਚ ਪਬਲਿਕਲੀ ਖੜ ਕੇ ਕਰਦੇ।